गर्म रुता रोटी पानी खादा सुता पिया सौंदा 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 दा रजाई लिया रजाई फड़ौन लगी वही तो नहीं लई रजाई गलत काम तो हो गया हूँ। ਕਿ ਤੁਸੀਂ ਕੋਈ ਵਿਰੋਧ ਨਹੀਂ ਕੀਤਾ ਜੀ? ਕੀਤਾ ਸੀ ਜੀ, ਬਹੁਤ ਕੀਤਾ ਸੀ। ਤੇ ਕੋਈ ਉਹ ਨਸ਼ਾ ਵੀ ਕਰਦਾ ਜੀ? ਨਸ਼ਾ ਦਾਰੂ ਪਿਆਲਾ ਪੀਂਦਾ। ਕੀ ਮੰਗ ਕਰਦੇ ਹੋ ਤੁਸੀਂ ਬੇਟੇ ਦੇ ਖਿਲਾਫ? ਕੀ ਮੰਗ ਕਰਦੇ ਹੋ? ਮੰਗ ਤਾਂ ਜੀ ਹੁਣ ਜਿਹੜੀ ਕਰਨਗੇ ਮੁਲਾਜ਼ਮ ਉਹੀ ਹੋਊਗੀ ਕਰਨ। ਪੁਲਿਸ ਨੂੰ ਸ਼ਿਕਾਇਤ ਤੁਸੀਂ ਦਿੱਤੀ ਜੀ? ਹੈ ਪੁਲਿਸ ਨੂੰ ਸ਼ਿਕਾਇਤ ਦਿੱਤੀ ਤੁਸੀਂ? ਹਾਂ ਦਿੱਤੀ। ਕੀ ਤਰਖਣਾ ਜੀ, ਕੀ ਗੱਲ ਕੀ ਹੋਈ ਹੈ ਜੀ? ਗੱਲ ਜੀ, ਅਸੀਂ ਤਾਂ ਡੀਜਾਂ 'ਤੇ ਕੰਮ ਕਰਦੇ ਪਏ ਸੀਗੇ ਜੀ, ਅਤੇ ਮੁੜ ਕੇ ਸਾਨੂੰ ਬੁਲਾ ਕੇ ਲਏ, ਕਹਿੰਦੇ ਚਾਚਾ ਜੀ ਨਾ ਕੀ ਇਸ ਕਾ ਦਾਦੀ ਨਾਲ ਗਲਤ ਕੰਮ 'ਤੇ ਕਰੀ ਜਾਂਦੇ ਜੀ, ਅਤੇ ਅਸੀਂ ਆ ਕੇ ਮੁੜ ਕੇ ਚਾਚੇ ਅਤੇ ਤੀਜੇ ਨੇ ਛੁਡਾਇਆ ਜੀ, ਫਿਰ ਛੁਡਾ ਕੇ ਸਾਡੇ ਤੋਂ ਭੱਜ ਗਿਆ ਜੀ, ਅਤੇ ਉਸ ਤੋਂ ਬਾਅਦ ਸਖਤ ਕਾਰਵਾਈ ਕੀਤੀ ਜਾਵੇ। ਕੀ ਹਾਲਾਤ 'ਚ ਕਿੱਥੇ ਲੈ ਕੇ ਆਏ ਹੋ ਤੁਸੀਂ ਅੱਜ? ਅਸੀਂ ਹਸਪਤਾਲ ਲੈ ਕੇ ਆਏ ਹਾਂ ਜੀ ਸਰਕਾਰੀ। ਚਾਚਾ ਜੀ ਤੁਹਾਡੇ ਕਰਦੇ ਕੀ ਜੀ? ਦਿਹਾੜੀ ਮਜ਼ਦੂਰੀ ਕਰਦੇ ਆ ਵੈਸੇ ਜੀ। ਕੋਈ ਨਸ਼ਾ ਵੀ ਕਰਦੇ ਜੀ? ਨਸ਼ਾ ਕਰਦੇ ਜੀ, ਚਿੱਟਾ ਲਾਉਂਦੇ ਜੀ। ਉਸ ਟਾਈਮ ਕੀ ਹਾਲਾਤ ਸੀ ਉਹਨਾਂ ਦੇ? ਉਸ ਟਾਈਮ ਦਾਰੂ ਪੀਤੀ ਹੋਈ ਸੀ ਅਤੇ ਕੈਪਸੂਲ ਵੀ ਖਾਧੇ ਹੋਏ ਸੀਗੇ ਅਤੇ ਚਿੱਟਾ ਲਾਇਆ ਹੋਇਆ ਸੀ। ਨਸ਼ੇ ਦੀ ਹਾਲਾਤ 'ਚ ਮਤਲਬ? ਨਸ਼ੇ ਦੀ ਹਾਲਾਤ 'ਚ ਸੀ ਪੂਰੇ। ਉਹਨੂੰ ਕੋਈ ਗਲਤੀ ਦਾ ਅਫਸੋਸ ਹੈਗਾ? ਕੋਈ ਗੱਲ ਹੋਈ ਉਸ ਤੋਂ ਬਾਅਦ ਉਹਦੇ ਨਾਲ? ਨਹੀਂ ਜੀ, ਕੋਈ ਗੱਲ ਨਹੀਂ, ਮੁੜ ਕੇ ਨਾ ਕੀ ਆ ਭੱਜ ਗਿਆ ਸੀਗਾ। ਤੁਹਾਡੀ ਦਾਦੀ ਦੀ ਉਮਰ ਕਿੰਨੀ ਹੈ ਜੀ? 75 ਸਾਲ ਜੀ। ਕੀ ਮੰਗ ਕਰਦੇ ਹੋ? ਇਸ ਤਰ੍ਹਾਂ ਦੀ ਗਨੌਨੀ ਹਰਕਤ ਕੀਤੀ ਉਹਨੇ? ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਜੀ ਇਸ ਚੀਜ਼। मैडम क्या मामला है और क्या रिपोर्ट देखी जा रही है? हमारे पास एक 75 ईयर की आई है माता जी हैं, उन्होंने कोई बलात्कार का आरोप लगाया है अपने बेटे के ऊपर ही, तो अभी हम सैंपल ले रहे हैं जो भेजे जाएंगे, बाकी जो है वो उसके बाद ही पता लग पाएगा। धन्यवाद।